ਜਲੰਧਰ ਕਮਿਸ਼ਨਰੇਟ ਦੇ ਇਲਾਕੇ ਵਿੱਚ ਇਸ ਵੇਲੇ ਲਗਭਗ 3,026 ਪ੍ਰੋਕਲੇਮਡ ਅਫੈਂਡਰਸ ਨੇ ਔਰ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਇਹਨਾਂ ਪ੍ਰੋਕਲੇਮਡ ਅਫੈਂਡਰਸ ਨੂੰ ਫੜਨ ਦੀ, ਜਿਸ ਦੇ ਤਹਿਤ ਅਸੀਂ ਪ੍ਰੋਕਲੇਮਡ ਅਫੈਂਡਰਸ ਨੂੰ ਉਹਨਾਂ ਦੇ ਥਾਣਿਆਂ ਦੇ ਮੁਤਾਬਕ ਡਿਸਟ੍ਰੀਬਿਊਟ ਕਰਕੇ ਔਰ ਹਰੇਕ ਹੈੱਡ ਕੋਂਸਟੇਬਲ ਕੋਂਸਟੇਬਲ ਦੀ ਡਿਊਟੀ ਲਗਾਈ ਹੈ ਕਿ ਉਹ ਇਹਨਾਂ ਪ੍ਰੋਕਲੇਮਡ ਅਫੈਂਡਰਸ ਨੂੰ ਗ੍ਰਿਫਤਾਰ ਕਰਨ। ਇਸ ਤੋਂ ਇਲਾਵਾ ਅਸੀਂ ਇੱਕ ਇਨਾਮੀ ਸਕੀਮ ਵੀ ਸ਼ੁਰੂ ਕੀਤੀ ਹੈ ਕਿ ਜੇ ਕੋਈ ਹੀਨੀਅਸ ਕੇਸਿਸ ਦੇ ਵਿੱਚ ਪ੍ਰੋਕਲੇਮ ਡਿਫੈਂਡਰ ਨੂੰ ਫੜਦਾ ਹੈ ਤਾਂ ਉਸਨੂੰ 10,000 ਰੁਪਏ ਦਾ ਇਨਾਮ ਔਰ ਬਾਕੀਆਂ ਨੂੰ ਵੀ ਇਨਾਮ ਦਿੱਤਾ ਜਾਏਗਾ। ਇਸ ਤੋਂ ਇਲਾਵਾ ਅਸੀਂ ਇੱਕ ਸਪੈਸ਼ਲ ਸਟਾਫ ਦਾ ਗਠਨ ਕੀਤਾ ਹੈ ਜਿਹਦੇ ਵਿੱਚ 4 ਟੀਮਾਂ ਨੇ ਔਰ ਉਹ ਵੀ ਪ੍ਰੋਕਲੇਮ ਡਿਫੈਂਡਰਸ ਨੂੰ ਅਤੇ ਸ਼ਿਕੰਜਾ ਕਸਣਗੀਆਂ ਔਰ ਇਹ ਸਾਰਾ ਜਿਹੜੀ ਪ੍ਰਕਿਰਿਆ ਹੈ ਇਸ ਨੂੰ ਮੋਨੀਟਰ ਕਰਨ ਲਈ DCP ਇਨਵੈਸਟੀਗੇਸ਼ਨ ਮਿਸਟਰ ਸੰਦੀਪ ਸ਼ਰਮਾ ਦੀ ਡਿਊਟੀ ਲਗਾਈ ਹੈ ਔਰ ਸਾਰੇ GOs ਜਿੰਨੇ ਵੀ ਇੱਥੇ ਹਲਕਾ GOs ਨੇ ਔਰ ਮੇਰੇ ਤੱਕ ਇਸ ਨੂੰ ਡੇਲੀ ਬੇਸਿਸ 'ਤੇ ਮੋਨੀਟਰ ਕੀਤਾ ਜਾ ਰਿਹਾ। ਇਸ ਨੂੰ ਇਲੈਕਸ਼ਨ ਦੇ ਨਾਲ ਜੋੜ ਕੇ ਕਿਉਂਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਵੀ ਇਹ ਨੇ ਕਿ ਵੱਧ ਤੋਂ ਵੱਧ POs ਨੂੰ ਫੜਿਆ ਜਾਵੇ ਔਰ ਇਲੈਕਸ਼ਨ ਕਮਿਸ਼ਨ ਵੀ ਇਸ ਗੱਲ ਨੂੰ ਮੋਨੀਟਰ ਕਰਦਾ ਹੈ ਔਰ ਸਾਡੇ ਵੀ ਹਿੱਤ ਵਿੱਚ ਹੈ ਕਿ ਜਿਹੜੇ POs ਹੈ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਔਰ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਾ ਆ ਸਕੇ। ਇਹ ਅਸੀਂ ਹਰ PO ਦਾ ਦੇ ਹਿਸਾਬ ਨਾਲ ਜਿਹੜੇ ਹੀਨੀਅਸ ਕੇਸਿਸ ਹੈ ਉਸ ਦੇ ਵਿੱਚ ਜ਼ਿਆਦਾ ਇਨਾਮ ਹੈ ਔਰ ਜਿਹੜੇ ਦੂਸਰੇ POs ਹੈ ਇਹ ਸਿਰਫ ਪੁਲਿਸ ਮੁਲਾਜ਼ਮ ਨੂੰ ਉਤਸ਼ਾਹਿਤ ਕਰਨ ਲਈ ਕਿ ਉਹ ਆਪਣੇ ਜੀ ਜਾਨ ਲਗਾ ਕੇ ਇਹਨਾਂ POs ਨੂੰ ਫੜਨ, ਸੋ ਉਸ ਦੇ ਮੁਤਾਬਕ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ। NRI ਵਿੰਗ ਦੇ ਵੀ POs ਬੇਸਿਕਲੀ ਸਾਡੀ ਜ਼ਿੰਮੇਵਾਰੀ ਨੇ ਕਿਉਂਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ POs ਹੈ ਉਹਨਾਂ ਨੂੰ ਫੜਨ ਦੀ ਜ਼ਿੰਮੇਵਾਰੀ ਸਾਡੀ ਹੁੰਦੀ ਹੈ ਔਰ ਅਸੀਂ ਜਿਹੜੇ ਸਾਡੇ ਬਾਹਰਲੇ ਜ਼ਿਲ੍ਹਿਆਂ 'ਚ ਰਹਿਣ ਵਾਲੇ POs ਹੈ ਉਹਨਾਂ ਬਾਰੇ ਚਿੱਠੀਆਂ ਵੀ ਲਿਖੀਆਂ ਅਲੱਗ ਅਲੱਗ SSPs ਨੂੰ ਕਿ ਉਹ ਆਪਣੇ ਇਲਾਕੇ ਦੇ ਵਿੱਚ ਰਹਿੰਦੇ ਹੋਏ POs ਨੂੰ ਗ੍ਰਿਫਤਾਰ ਕਰਨ।